ਹੁਣੀ ਪ੍ਰਧਾਨ ਮੰਤਰੀ ਜੀ ਦੇ ਆਵਾਸ ਤੋਂ ਮੈਂ ਹਜੇ ਪਹੁੰਚਿਆ ਤੁਹਾਡੇ ਮੂਹਰੇ ਵੜਿਆ ਅਤੇ ਉਹਨਾਂ ਨੇ ਸਾਰੀ ਜਿਹੜੀ ਵੀ ਕੈਬਨਿਟ ਆਪਣੀ ਆਉਣ ਵਾਲੇ ਜਿਹੜੀ ਦਿਨਾਂ 'ਚ ਸਹੁੰ ਚੱਕੂਗੀ ਜਿਹੜੀ ਅੱਜ ਸ਼ਾਮ ਨੂੰ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਅਤੇ ਬਹੁਤ ਗੱਲਾਂ ਹੈ ਜਿਹੜੀਆਂ ਉਹਨਾਂ ਨੇ ਕੀਤੀਆਂ। ਸਭ ਤੋਂ ਇਹੀ ਉਹਨਾਂ ਨੇ ਕਿਹਾ ਵੀ ਸਰਕਾਰ 10 ਸਾਲ ਦੀ ਪਹਿਲਾਂ ਚੱਲ ਰਹੀ ਹੈ, NDA ਸਰਕਾਰ ਚੱਲ ਰਹੀ ਹੈ, ਉਹਨੂੰ ਉਹੀ ਕੰਮਾਂ ਨੂੰ ਅੱਗੇ ਵਧਾਉਣਾ। ਅਤੇ ਜਿਹੜੀ ਪੰਜਾਬ ਦੀ ਗੱਲ ਆ, ਪੰਜਾਬ 'ਚ BJP ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ, ਅਤੇ ਅੱਗੇ ਪੰਜਾਬ ਨੂੰ ਕਿਵੇਂ ਸਾਂਭਣਾ, ਕਿਉਂਕਿ ਪੰਜਾਬ 'ਚ ਬੜੇ ਵੱਡੇ ਇਸ਼ੂ ਨੇ, ਉਹਨਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ, ਕਿਵੇਂ ਸਾਰੇ ਪੰਜਾਬ ਦੇ ਚਾਹੇ ਉਹ ਕਿਸਾਨ ਨੇ, ਚਾਹੇ ਮਜ਼ਦੂਰ ਆ, ਚਾਹੇ ਉਹ ਵਰਕਰ ਨੇ, ਚਾਹੇ ਉਹ ਇੰਡਸਟਰੀਅਲਿਸਟ ਨੇ, ਉਹ ਸਾਰਿਆਂ ਨੂੰ ਬੁੱਕਲ 'ਚ ਲੈ ਕੇ, ਕਿਉਂਕਿ ਦਿੱਲੀ ਦੇ ਕੋਲ ਮੈਂ ਵਾਰ ਵਾਰ ਕਿਹਾ ਸੀ ਵੀ ਦਿੱਲੀ ਕੋਲ ਹੀ ਸਭ ਕੁਛ ਆ, ਜੋ ਤਾਕਤ ਜੋ ਪੈਸਾ ਉਹ ਸਭ ਕੁਛ ਹੋ ਰਿਹਾ, ਅਤੇ ਉਰਿਓਂ ਲਿਆ ਕੇ ਹੁਣ ਪੰਜਾਬ ਵੱਲ ਨੂੰ ਮੂੰਹ ਖੁੱਲ੍ਹਣੇ ਆ। ਅਤੇ ਇਹ ਜ਼ਿੰਮੇਵਾਰੀ ਮੈਂ ਪਹਿਲੇ ਦਿਨ ਤੋਂ ਜਿੱਦਣ BJP ਜੁਆਇਨ ਕੀਤੀ ਸੀ, ਇਹੀ ਅੱਜ ਵੀ ਮੇਰੀ ਉਹੀ ਜ਼ਿੰਮੇਵਾਰੀ ਆ ਵੀ ਹਰ ਚੀਜ਼ ਪੰਜਾਬ ਦੇ, ਚਾਹੇ ਉਹ ਕਿਸਾਨਾਂ ਦੀ ਹੋਵੇ, ਚਾਹੇ ਮਜ਼ਦੂਰਾਂ ਦੀ ਹੋਵੇ, ਚਾਹੇ ਉਹ ਗਰੀਬ ਆਦਮੀ ਦੀ ਹੋਵੇ, ਚਾਹੇ ਪਿੰਡਾਂ ਦੀ ਹੋਵੇ, ਚਾਹੇ ਇੰਡਸਟਰੀਅਲਿਸਟਾਂ ਦੀ ਹੋਵੇ, ਚਾਹੇ ਸ਼ਹਿਰਾਂ ਦੀ ਹੋਵੇ, ਉਹ ਸਾਰੀਆਂ ਗੱਲਾਂ ਹੈ ਜਿਹੜੀਆਂ ਉਹ ਅੱਜ ਪੰਜਾਬ ਨੂੰ ਅੱਗੇ ਲੈ ਕੇ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ, ਅੱਜ ਸਵੇਰੇ 9 ਵਜੇ ਉਹਨਾਂ ਨੇ ਸੱਦਿਆ ਸੀ ਨੱਡਾ ਸਾਹਿਬ ਦੋਨਾਂ ਨੇ, ਅਤੇ ਪੰਜਾਬ ਦੇ ਲਈ ਉਹਨਾਂ ਨੇ ਰੋਡ ਮੈਪ ਤਿਆਰ ਜੋ ਕੀਤਾ ਹੈ, ਉਹਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ, ਮੇਰਾ 1-point ਏਜੰਡਾ ਇਹੀ ਹੈ। ਕਾਨੂੰਨ ਵਿਵਸਥਾ ਕੀ, ਅਗਰ ਪੰਜਾਬ ਕੀ ਅਗਰ ਬਾਤ ਕਰੇ, ਕਾਨੂੰਨ ਵਿਵਸਥਾ ਕਿਹੋ ਜਿਹਾ? ਸਭ ਕੁਛ ਕਰਾਂਗੇ, ਸਭ ਕੁਛ ਕਰਾਂਗੇ, ਪਰ ਅੱਜ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪੰਜਾਬ ਵਾਲਿਆਂ ਨੂੰ, ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਉਹਨਾਂ ਕਰਕੇ ਮੈਨੂੰ BJP ਨੇ ਜੋ ਪੰਜਾਬ ਦੇ ਵਿੱਚ BJP ਦਾ ਇੱਕ ਰਿਜ਼ਲਟ ਆਇਆ, ਕਿਉਂਕਿ ਬਹੁਤ 19% ਜਿਹੜੀ ਆ ਉਹ ਵੋਟ ਲੈਣਾ, 23 ਵਿਧਾਨ ਸਭਾ ਅਸੀਂ ਜਿੱਤੀਆਂ ਹੈ, ਅਤੇ ਬਹੁਤ ਕੁਛ ਕਰਨ ਨੂੰ ਆ BJP 'ਚ। ਅਸੀਂ 2027 ਦਾ ਟਾਰਗੇਟ ਲੈ ਕੇ, ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਆ, ਅਤੇ ਮੈਂ ਜਾਖੜ ਸਾਹਿਬ ਦਾ, ਖਾਸ ਤੌਰ 'ਤੇ ਜਿਹੜੇ ਸਾਡੇ ਪ੍ਰਧਾਨ ਨੇ, ਸਾਡੇ ਸ਼੍ਰੀ ਵਾਸੂ ਜੀ, ਜਿਹੜੇ ਮਹਾਂਮੰਤਰੀ ਨੇ ਰੂਪਾਨੀ ਜੀ, ਇਹ ਸਾਰੀ ਸਾਡੇ ਰੈਨਾ ਜੀ, ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ। ਅਤੇ ਸਾਡਾ BJP ਦੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਦੀ ਲੁਧਿਆਣੇ ਦੀ ਟੀਮ ਆ, ਇਹ ਸਾਰਾ ਸਿਹਰਾ ਹੈ ਜਿਹੜਾ ਇਹ ਉਹਨਾਂ ਨੂੰ ਜਾਂਦਾ, ਉਹਨਾਂ ਦੇ ਉਹਨਾਂ ਨੇ ਜੋ ਫੀਡਬੈਕ ਉਹਨੇ ਪਹੁੰਚਾਇਆ, ਜਿਸ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ, ਉਸ ਤੋਂ ਖੁਸ਼ ਹੋ ਕੇ ਜਿਹੜਾ ਇਹ BJP ਨੇ ਅੱਜ ਇੱਕ ਬਹੁਤ ਵੱਡਾ ਪੰਜਾਬ ਨੂੰ ਮਾਣ ਬਖਸ਼ਿਆ ਹੈ। ਇੱਕੋ ਇੱਕ ਮਿਨਿਸਟਰ ਆ ਜਿਹੜਾ ਮੈਂ ਪੰਜਾਬ 'ਚੋਂ ਜਿਹੜਾ ਉਹ ਬਣਨ ਜਾ ਰਿਹਾ ਹੈ, ਅਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਹੈ। ਬਹੁਤ ਜਿੰਨਾ ਧੰਨਵਾਦ ਕਰ ਸਕੀਏ ਸੈਂਟਰ ਦਾ, ਚਾਹੇ ਅਸੀਂ ਇਲੈਕਸ਼ਨਾਂ ਪੰਜਾਬ ਤੋਂ ਨਹੀਂ ਜਿੱਤ ਸਕੇ, ਨਹੀਂ, ਪਰ ਜੋ ਪਰਸੈਂਟੇਜ ਅਸੀਂ ਆ ਕੇ ਦਿਖਾਈ ਆ, ਉਹਦੇ ਨਾਲ ਪੰਜਾਬ ਬਣਦਾ ਹਿੱਸਾ ਮਿਲਿਆ BJP। ਹੁਣੀ ਪ੍ਰਧਾਨ ਮੰਤਰੀ ਜੀ ਦੇ ਆਵਾਸ ਤੋਂ ਮੈਂ ਹਜੇ ਪਹੁੰਚਿਆ ਤੁਹਾਡੇ ਮੂਹਰੇ ਵੜਿਆ, ਅਤੇ ਉਹਨਾਂ ਨੇ ਸਾਰੀ ਜਿਹੜੀ ਵੀ ਕੈਬਨਿਟ ਆਪਣੀ ਆਉਣ ਵਾਲੇ ਜਿਹੜੀ ਦਿਨਾਂ 'ਚ ਸਹੁੰ ਚੱਕੂਗੀ ਜਿਹੜੀ ਅੱਜ ਸ਼ਾਮ ਨੂੰ, ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ, ਅਤੇ ਬਹੁਤ ਗੱਲਾਂ ਹੈ ਜਿਹੜੀਆਂ ਉਹਨਾਂ ਨੇ ਕੀਤੀਆਂ। ਸਭ ਤੋਂ ਇਹੀ ਉਹਨਾਂ ਨੇ ਕਿਹਾ ਵੀ ਸਰਕਾਰ 10 ਸਾਲ ਦੀ ਪਹਿਲਾਂ ਚੱਲ ਰਹੀ ਹੈ, NDA ਸਰਕਾਰ ਚੱਲ ਰਹੀ ਹੈ, ਉਹਨੂੰ ਉਹੀ ਕੰਮਾਂ ਨੂੰ ਅੱਗੇ ਵਧਾਉਣਾ। ਅਤੇ ਜਿਹੜੀ ਪੰਜਾਬ ਦੀ ਗੱਲ ਆ, ਪੰਜਾਬ 'ਚ BJP ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ, ਅਤੇ ਅੱਗੇ ਪੰਜਾਬ ਨੂੰ ਕਿਵੇਂ ਸਾਂਭਣਾ, ਕਿਉਂਕਿ ਪੰਜਾਬ 'ਚ ਬੜੇ ਵੱਡੇ ਇਸ਼ੂ ਨੇ, ਉਹਨਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ, ਕਿਵੇਂ ਸਾਰੇ ਪੰਜਾਬ ਦੇ, ਚਾਹੇ ਉਹ ਕਿਸਾਨ ਨੇ, ਚਾਹੇ ਮਜ਼ਦੂਰ ਆ, ਚਾਹੇ ਉਹ ਵਰਕਰ ਨੇ, ਚਾਹੇ ਉਹ ਇੰਡਸਟਰੀਅਲਿਸਟ ਨੇ, ਉਹ ਸਾਰਿਆਂ ਨੂੰ ਬੁੱਕਲ 'ਚ ਲੈ ਕੇ, ਕਿਉਂਕਿ ਦਿੱਲੀ ਦੇ ਕੋਲ ਮੈਂ ਵਾਰ ਵਾਰ ਕਿਹਾ ਸੀ ਵੀ ਦਿੱਲੀ ਕੋਲ ਹੀ ਸਭ ਕੁਛ ਆ, ਜੋ ਤਾਕਤ ਜੋ ਪੈਸਾ ਉਹ ਸਭ ਕੁਛ ਹੋ ਰਿਹਾ, ਅਤੇ ਉਰਿਓਂ ਲਿਆ ਕੇ ਹੁਣ ਪੰਜਾਬ ਵੱਲ ਨੂੰ ਮੂੰਹ ਖੁੱਲ੍ਹਣੇ ਆ।
ਤੇ ਇਹ ਜ਼ਿੰਮੇਵਾਰੀ ਮੈਂ ਪਹਿਲੇ ਦਿਨ ਤੋਂ ਜਿੱਦਣ ਬੀਜੇਪੀ ਜੁਆਇਨ ਕੀਤੀ ਸੀ ਇਹੀ ਅੱਜ ਵੀ ਮੇਰੀ ਉਹੀ ਜ਼ਿੰਮੇਵਾਰੀ ਆ ਵੀ ਹਰ ਚੀਜ਼ ਪੰਜਾਬ ਦੇ ਚਾਹੇ ਉਹ ਕਿਸਾਨਾਂ ਦੀ ਹੋਵੇ ਚਾਹੇ ਮਜ਼ਦੂਰਾਂ ਦੀ ਹੋਵੇ ਚਾਹੇ ਉਹ ਗਰੀਬ ਆਦਮੀ ਦੀ ਹੋਵੇ ਚਾਹੇ ਪਿੰਡਾਂ ਦੀ ਹੋਵੇ ਚਾਹੇ ਇੰਡਸਟਰੀਅਲਿਸਟਾਂ ਦੀ ਹੋਵੇ ਚਾਹੇ ਸ਼ਹਿਰਾਂ ਦੀ ਹੋਵੇ ਉਹ ਸਾਰੀਆਂ ਗੱਲਾਂ ਹੈ ਜਿਹੜੀਆਂ ਉਹ ਅੱਜ ਪੰਜਾਬ ਨੂੰ ਅੱਗੇ ਲੈ ਕੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਅੱਜ ਸਵੇਰੇ 9 ਵਜੇ ਉਹਨਾਂ ਨੇ ਸੱਦਿਆ ਸੀ ਨੱਡਾ ਸਾਹਿਬ ਦੋਨਾਂ ਨੇ ਅਤੇ ਪੰਜਾਬ ਦੇ ਲਈ ਉਹਨਾਂ ਨੇ ਰੋਡ ਮੈਪ ਤਿਆਰ ਜੋ ਕੀਤਾ ਹੈ ਉਹਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਮੇਰਾ 1 ਪੁਆਇੰਟ ਏਜੰਡਾ ਇਹੀ ਹੈ। ਕਾਨੂੰਨ ਵਿਵਸਥਾ ਕਿ ਅਗਰ ਪੰਜਾਬ ਕੀ ਅਗਰ ਬਾਤ ਕਰੇ ਕਾਨੂੰਨ ਵਿਵਸਥਾ ਕਿਹੋ ਜਿਹਾ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਪਰ ਅੱਜ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਉਹਨਾਂ ਕਰਕੇ ਮੈਨੂੰ ਬੀਜੇਪੀ ਨੇ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਇੱਕ ਰਿਜ਼ਲਟ ਆਇਆ ਕਿਉਂਕਿ ਬਹੁਤ 19% ਜਿਹੜੀ ਆ ਉਹ ਵੋਟ ਲੈਣਾ 23 ਵਿਧਾਨ ਸਭਾ ਅਸੀਂ ਜਿੱਤੀਆਂ ਹੈ ਅਤੇ ਬਹੁਤ ਕੁਛ ਕਰਨ ਨੂੰ ਆ ਬੀਜੇਪੀ 'ਚ ਅਸੀਂ 2027 ਦਾ ਟਾਰਗੇਟ ਲੈ ਕੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਆ ਅਤੇ ਮੈਂ ਜਾਖੜ ਸਾਹਿਬ ਦਾ ਖਾਸ ਤੌਰ 'ਤੇ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਸ਼੍ਰੀ ਵਾਸੂ ਜੀ ਜਿਹੜੇ ਮਹਾਂ ਮੰਤਰੀ ਨੇ ਰੂਪਾਨੀ ਜੀ ਇਹ ਸਾਰੇ ਸਾਡੇ ਰੈਨਾ ਜੀ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ ਅਤੇ ਸਾਡਾ ਬੀਜੇਪੀ ਦੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆਉਂਦੀ ਲੁਧਿਆਣੇ ਦੀ ਟੀਮ ਆ ਇਹ ਸਾਰਾ ਸਿਹਰਾ ਹੈ ਜਿਹੜਾ ਇਹ ਉਹਨਾਂ ਨੂੰ ਜਾਂਦਾ ਉਹਨਾਂ ਦੇ ਉਹਨਾਂ ਨੇ ਜੋ ਫੀਡਬੈਕ ਉਹਨੇ ਪਹੁੰਚਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਉਸ ਤੋਂ ਖੁਸ਼ ਹੋ ਕੇ ਜਿਹੜਾ ਇਹ ਬੀਜੇਪੀ ਨੇ ਅੱਜ ਇੱਕ ਬਹੁਤ ਵੱਡਾ ਪੰਜਾਬ ਨੂੰ ਮਾਣ ਬਖਸ਼ਿਆ ਹੈ। ਇੱਕੋ ਇੱਕ ਮਿਨਿਸਟਰ ਆ ਜਿਹੜਾ ਮੈਂ ਪੰਜਾਬ 'ਚੋਂ ਜਿਹੜਾ ਉਹ ਬਣਨ ਜਾ ਰਿਹਾ ਹੈ ਅਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਹੈ। ਬਹੁਤ ਜਿੰਨਾ ਧੰਨਵਾਦ ਕਰ ਸਕੀਏ ਸੈਂਟਰ ਦਾ ਚਾਹੇ ਅਸੀਂ ਇਲੈਕਸ਼ਨਾਂ ਪੰਜਾਬ ਤੋਂ ਨਹੀਂ ਜਿੱਤ ਸਕੇ ਨਹੀਂ ਪਰ ਜੋ ਪਰਸੈਂਟੇਜ ਅਸੀਂ ਆ ਕੇ ਦਿਖਾਈ ਆ ਉਹਦੇ ਨਾਲ ਪੰਜਾਬ ਬਣਦਾ ਹਿੱਸਾ ਮਿਲਿਆ ਬੀਜੇਪੀ।